ਸਤਿ ਸ਼੍ਰੀ ਅਕਾਲ ਜੀ। ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜਾ ਪੁਲਿਸ ਵਿਭਾਗ ਹੈਗਾ ਉਹਦੇ ਵਿੱਚ ਕਾਂਸਟੇਬਲ ਐਗਜ਼ੀਕਿਊਟਿਵ ਦੀਆਂ 700 ਦੇ ਕਰੀਬ ਅਸਾਮੀਆਂ ਨਿਕਲੀਆਂ ਨੇ, ਉਹਦੀ ਇਨਫੋਰਮੇਸ਼ਨ ਦੇਣ ਵਾਸਤੇ ਤੁਹਾਡੇ ਨਾਲ ਅੱਜ ਰੂਬਰੂ ਹੋ ਰਹੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਇਹ ਜਿਹੜੀਆਂ ਅਸਾਮੀਆਂ ਨੇ ਇਹਨਾਂ ਵਾਸਤੇ ਅਪਲਾਈ ਕਰੋਗੇ ਅਤੇ ਜਿਹੜੇ ਤੁਹਾਡੇ ਹੋਰ ਦੋਸਤ ਮਿੱਤਰ ਨੇ ਉਹਨਾਂ ਨੂੰ ਵੀ ਦੱਸੋਗੇ ਕਿ ਉਹ ਵੀ ਅਪਲਾਈ ਕਰਨ, ਤਾਂ ਜੋ ਜਿਹੜੇ ਵੀ ਐਲੀਜੀਬਲ ਬੱਚੇ ਹੈਗੇ ਨੇ ਉਹ ਇਸ ਮੌਕੇ ਦਾ ਲਾਭ ਉਠਾ ਸਕਣ। ਦੋਸਤੋ, ਇਹ ਕਾਂਸਟੇਬਲ ਐਗਜ਼ੀਕਿਊਟਿਵ ਦੀ ਪੋਸਟ ਹੈਗੀ ਆ, ਗਰੁੱਪ ਸੀ ਦੀ ਅਸਾਮੀ ਹੈਗੀ ਆ। ਇਹ ਤਕਰੀਬਨ 700 ਅਸਾਮੀਆਂ ਹੈਗੀਆਂ ਨੇ ਚੰਡੀਗੜ੍ਹ ਪੁਲਿਸ ਦੇ ਵਿੱਚ, ਜਿਨ੍ਹਾਂ ਦੀ ਜਿਹੜੀ ਅਪਲਾਈ ਹੈ, ਜਿਹੜੀ ਔਨਲਾਈਨ ਐਪਲੀਕੇਸ਼ਨ ਜਾਣੀ ਆ। ਔਨਲਾਈਨ ਐਪਲੀਕੇਸ਼ਨ ਪਾਉਣ ਦਾ ਜਿਹੜਾ ਫਾਈਲ ਕਰਨ ਦਾ ਆਪਣਾ ਟਾਈਮ ਆ ਉਹ 27 ਮਈ 2023 ਤੋਂ ਸ਼ੁਰੂ ਹੋਊਗਾ ਅਤੇ ਆਪਾਂ 17 ਜੂਨ 2023 ਰਾਤ ਦੇ 11:59 ਤੱਕ ਆਪਾਂ ਅਪਲਾਈ ਕਰ ਸਕਦੇ ਹਾਂ। ਇਹ ਮਿਤੀਆਂ ਇੱਕ ਵਾਰ ਦੁਬਾਰਾ ਨੋਟ ਕਰ ਲਓ, 27 ਮਈ ਨੂੰ ਆਪਾਂ ਔਨਲਾਈਨ ਐਪਲੀਕੇਸ਼ਨ ਪਾ ਸਕਦੇ ਹਾਂ, 27 ਮਈ ਤੋਂ ਸ਼ੁਰੂ ਹੋਊਗਾ ਜਿਹੜਾ ਔਨਲਾਈਨ ਅਪਲਾਈ ਕਰਨ ਦਾ ਪ੍ਰੋਸੈਸ ਆ, ਅਤੇ 17 ਜੂਨ 2023 ਰਾਤ ਦੇ 11:59 ਤੱਕ ਆਪਾਂ ਔਨਲਾਈਨ ਅਪਲਾਈ ਕਰ ਸਕਦੇ ਹਾਂ। ਵੈਬਸਾਈਟ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ, ਵੈਬਸਾਈਟ ਹੈਗੀ ਆ www.chandigarhpolice.gov.in। ਰਿਪੀਟ ਕਰਨ ਲੱਗਿਆ, www.chandigarhpolice.gov.in। ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। ਜਿਹੜੀਆਂ ਅਸਾਮੀਆਂ ਹੈਗੀਆਂ ਨੇ, ਜਿੱਦਾਂ ਤੁਹਾਨੂੰ ਦੱਸਿਆ ਕਿ 700 ਦੇ ਕਰੀਬ ਅਸਾਮੀਆਂ ਹੈਗੀਆਂ ਨੇ, ਇਹਦੇ ਵਿੱਚ ਜਿਹੜੀਆਂ ਜਨਰਲ ਕੈਟਾਗਰੀ ਦੀਆਂ 324 ਨੇ, OBC ਦੀਆਂ 185 ਨੇ, SC ਦੀਆਂ 130 ਨੇ, ਅਤੇ EWS ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਕਨੋਮਿਕ ਵੀਕਰ ਸੈਕਸ਼ਨ ਦੀਆਂ, ਅਤੇ ਉਹਨਾਂ ਦੀਆਂ 61 ਹੈਗੀਆਂ। ਟੋਟਲ ਗ੍ਰੈਂਡ ਟੋਟਲ ਇਹਨਾਂ ਦਾ 700 ਬਣ ਜਾਂਦਾ। ਸੋ ਪਲੱਸ ਟੂ ਇਹਦੇ ਵਾਸਤੇ ਵਿੱਦਿਅਕ ਯੋਗਤਾ ਜਿਹੜੀ ਤੁਹਾਡੀ ਪਲੱਸ ਟੂ ਪਾਸ ਹੋਣੀ ਤੁਸੀਂ ਚਾਹੀਦੇ ਹੋ। ਇਸ ਤੋਂ ਇਲਾਵਾ ਜਿਹੜੀ ਏਜ ਰਿਲੈਕਸੇਸ਼ਨ ਆ, ਜਿਹੜਾ ਵੀ ਕਿਹੜੀ ਉਮਰ ਦੇ ਵਿੱਚ ਆਪਾਂ ਅਪਲਾਈ ਕਰ ਸਕਦੇ ਹਾਂ, ਕਿਹੜੀ ਕੈਟਾਗਰੀ। ਜਿਹੜੀ ਜਨਰਲ ਕੈਟਾਗਰੀ ਆ ਉਹ 18 ਸਾਲ ਤੋਂ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਜਿਹੜੇ OBC ਕੈਟਾਗਰੀ ਆ ਉਹਨਾਂ ਦੀ 18 ਤੋਂ 28 ਸਾਲ ਉਮਰ ਹੋਣੀ ਚਾਹੀਦੀ ਹੈ, ਅਤੇ ਜਿਹੜੇ SC ਕੈਟਾਗਰੀ ਆ ਉਹਨਾਂ ਦੀ 18 ਤੋਂ 30 ਸਾਲ ਉਮਰ ਹੋਣੀ ਚਾਹੀਦੀ ਹੈ। ਅਤੇ ਇਸੇ ਤਰ੍ਹਾਂ ਕੁਛ ਏਜ ਰਿਲੈਕਸੇਸ਼ਨਸ ਵੀ ਦਿੱਤੀਆਂ ਹੋਈਆਂ, ਜਿਵੇਂ ਐਕਸ ਸਰਵਿਸਮੈਨ ਨੇ ਉਹਨਾਂ ਦਾ ਉਹਨਾਂ ਵਾਸਤੇ ਏਜ ਰਿਲੈਕਸੇਸ਼ਨ ਦਿੱਤੀ ਹੋਈ ਆ। ਇਸੇ ਤਰ੍ਹਾਂ ਜਿਹੜੇ ਚੰਡੀਗੜ੍ਹ ਹੋਮ ਗਾਰਡ ਦੇ ਵਲੰਟੀਅਰ ਨੇ ਜਾਂ ਹੋਰ ਨੇ ਉਹਨਾਂ ਵਾਸਤੇ ਅਲੱਗ ਅਲੱਗ ਕੈਟਾਗਰੀਜ਼ ਦੀ ਇਹ ਡਿਟੇਲ, ਕਾਫੀ ਲੰਬੀ ਚੌੜੀ ਡਿਟੇਲ ਹੈਗੀ ਹੈ। ਜਦੋਂ ਤੁਸੀਂ ਉਹ ਜਿਹੜੀ chandigarhpolice.gov.in 'ਤੇ ਵੈਬਸਾਈਟ 'ਤੇ ਜਾਓਗੇ ਤਾਂ ਤੁਹਾਨੂੰ ਸਾਰੀ ਡਿਟੇਲ ਉੱਥੇ ਪਤਾ ਲੱਗ ਜਾਊਗੀ। ਸੋ ਜਿਹੜੀ ਐਪਲੀਕੇਸ਼ਨ ਫੀਸ ਹੈਗੀ ਆ, ਜਿਹੜੇ ਤਾਂ ਜਨਰਲ ਕੈਟਾਗਰੀ ਅਤੇ OBC ਹੈਗੇ ਆ ਉਹਨਾਂ ਵਾਸਤੇ 1000 ਰੁਪਿਆ ਹੈਗੀ ਆ, ਅਤੇ SC ਅਤੇ ਜਿਹੜੇ EWS ਕੈਟਾਗਰੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਵਾਸਤੇ 800 ਰੁਪਿਆ ਫੀਸ ਹੈਗੀ ਆ, ਅਤੇ ਜਿਹੜੇ ਐਕਸ ਸਰਵਿਸਮੈਨ ਹੈਗੇ ਨੇ ਉਹਨਾਂ ਨੂੰ ਫੀਸ ਤੋਂ ਮਾਫੀ ਹੈਗੀ ਆ। ਸੋ ਇਹਦਾ ਜਦੋਂ ਤੁਹਾਡਾ ਤੁਸੀਂ ਔਨਲਾਈਨ ਅਪਲਾਈ ਕਰ ਦਿੱਤਾ 17 ਤਰੀਕ ਤੋਂ ਬਾਅਦ, ਤਕਰੀਬਨ ਜਿਹੜੀ ਰਿਟਰਨ ਐਗਜ਼ਾਮ ਜਿਹੜਾ ਲਿਖਤੀ ਪ੍ਰੀਖਿਆ ਹੋਣ ਦਾ ਉਹ ਟਾਈਮ ਆ ਉਹ ਤਕਰੀਬਨ 23 ਜੁਲਾਈ ਦੇ ਆਸ ਪਾਸ ਉਹ ਪੇਪਰ ਹੋਊਗਾ, 23 ਜੁਲਾਈ ਵੀ ਹੋ ਸਕਦਾ, ਅਤੇ ਟੈਂਟੇਟਿਵ ਤਰੀਕ ਦਿੱਤੀ ਆ ਵੀ 23 ਜੁਲਾਈ ਨੂੰ ਪੇਪਰ ਹੋਊਗਾ। ਸੋ ਇਹ ਇੱਕ ਅੱਧਾ ਦਿਨ ਇੱਧਰ ਉੱਧਰ ਵੀ ਹੋ ਸਕਦਾ ਹੁੰਦਾ, ਉਹ ਥੋੜ੍ਹੀ ਜਿਹੀ ਤਕਰੀਬਨ ਅਰੇਂਜਮੈਂਟ ਦੀ ਗੱਲ ਹੁੰਦੀ ਹੈ ਵੀ ਜਿੰਨਾ ਜਲਦੀ ਉਹ ਵਧੀਆ ਤਰੀਕੇ ਦੇ ਨਾਲ ਆਰਮੀ ਵੱਲੋਂ ਪੁਲਿਸ ਵੱਲੋਂ ਇਹ ਟੈਸਟ ਜਿਹੜੀ ਤਰੀਕ ਨੂੰ ਨਿਰਧਾਰਿਤ ਕੀਤਾ ਜਾਂਦਾ ਉਦੋਂ ਹੀ ਟੈਸਟ ਹੋਏਗਾ। ਸੋ ਦੋਸਤੋ, ਅਗਰ ਕਿਸੇ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਤੁਹਾਨੂੰ ਇਹਨਾਂ ਪੋਸਟਾਂ ਦੇ ਰਿਗਾਰਡਿੰਗ ਚਾਹੀਦੀ ਹੋਵੇ ਤਾਂ ਜਿਹੜੀ ਤੁਹਾਨੂੰ ਵੈਬਸਾਈਟ ਬੋਲੀ ਹੈ chandigarhpolice.gov.in ਉਹਦੇ 'ਤੇ ਜਾ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਤੁਹਾਨੂੰ ਸਾਰੀ ਡਿਟੇਲ ਕਿਵੇਂ ਔਨਲਾਈਨ ਅਪਲਾਈ ਕਰਨਾ, ਉੱਥੇ ਲਿੰਕ ਵੀ ਹੈਗਾ, ਅਤੇ ਉੱਥੇ ਜਾ ਕੇ ਆਪਾਂ ਔਨਲਾਈਨ ਅਪਲਾਈ ਕਰ ਸਕਦੇ ਹਾਂ। ਸੋ ਬੇਨਤੀ ਹੈ ਕਿ ਤੁਸੀਂ ਖੁਦ ਵੀ ਅਪਲਾਈ ਕਰੋ, ਆਪਣੇ ਦੋਸਤਾਂ ਮਿੱਤਰਾਂ ਨੂੰ ਹੋਰ ਰਿਸ਼ਤੇਦਾਰਾਂ ਨੂੰ ਜਿਹੜੇ ਵੀ ਬੱਚੇ ਐਲੀਜੀਬਲ ਹੈਗੇ ਨੇ ਉਹਨਾਂ ਨੂੰ ਪ੍ਰੇਰੋ ਕਿ ਉਹ ਵੀ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰਨ, ਅਤੇ ਸਿੱਧਾ ਔਨਲਾਈਨ ਅਪਲਾਈ ਕਰਨਾ, ਕਿਤੇ ਜਾਣ ਦੀ ਜ਼ਰੂਰਤ ਨਹੀਂ। ਔਨਲਾਈਨ ਅਪਲਾਈ ਕਰੋ ਅਤੇ ਤੁਹਾਨੂੰ ਚਾਂਸ ਮਿਲੇਗਾ ਰਿਟਰਨ ਟੈਸਟ ਦੇ ਵਿੱਚ ਅਪੀਅਰ ਹੋਵੋ। ਸੋ ਬਹੁਤ ਬਹੁਤ ਧੰਨਵਾਦ।